ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਆਰਮੀ ਕੈਂਪ 'ਚੋਂ ਹਥਿਆਰਾਂ ਸਮੇਤ ਫਰਾਰ ਹੋਏ ਹਰਪ੍ਰੀਤ ਸਿੰਘ ਨੂੰ ਟਾਂਡਾ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਸੀ, ਜੋ ਕਿ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਸੀ। ਪਿਛਲੇ ਕੁਝ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਹਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਅੱਜ ਸਵੇਰੇ ਹਰਪ੍ਰੀਤ ਸਿੰਘ ਨੇ ਬਾਥਰੂਮ ਜਾਣ ਦਾ ਬਹਾਨਾ ਲਾ ਕੇ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਕਤ ਕਥਿਤ ਦੋਸ਼ੀ ਦੇ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਮੁਤਾਬਕ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਰਪ੍ਰੀਤ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ 'ਚ ਪੁਲਿਸ ਦੀ ਗ੍ਰਿਫਤ ਵਿੱਚੋਂ ਕੈਦੀਆਂ ਦੇ ਫਰਾਰ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਪ ਅਤੇ ਗੋਬਿੰਦਜੀਤ ਸਿੰਘ ਦੀ ਰਿਪੋਰਟ। ਜਿਹੜਾ ਭੱਜ ਗਿਆ, ਕਿਸ ਤਰ੍ਹਾਂ ਫਰਾਰ ਹੋਇਆ ਕੀ? ਇਹ ਸਵੇਰੇ ਕਿਤੇ ਸੁਬਹਾ ਬਾਥਰੂਮ ਕਰਨ ਲਈ ਉੱਠਿਆ, ਜਦੋਂ ਮੁਲਾਜ਼ਮ ਸਾਡੇ ਲੈ ਕੇ ਗਏ ਨੂੰ, ਮੁਲਾਜ਼ਮ ਨੂੰ ਬਾਥ ਕਰਨ ਬਾਅਦ 'ਚ ਆਇਆ, ਜਦੋਂ ਉਹਨੇ ਉਦੋਂ ਮੁਲਾਜ਼ਮ ਦੇ ਪੁੱਛ ਕੇ ਧੱਕਾ ਮਾਰਿਆ, ਧੱਕਾ ਮਾਰ ਕੇ ਦੌੜ ਗਿਆ। ਇਹ ਕਿਹੜੇ ਮਾਮਲੇ 'ਚ ਇੱਥੇ ਸੀਗਾ? ਇਹ ਟਾਂਡੇ ਦਾ ਮਿਲ ਹੈ ਸੀ, 260 ਨੰਬਰ ਮੁਕੱਦਮਾ ਅਤੇ 399-402 ਆਰਮ ਜੈਕਟ ਦੇ ਤਹਿਤ ਅਰੈਸਟ ਸੀਗਾ। ਉੱਥੋਂ ਜੇਲ੍ਹ 'ਚੋਂ ਇਹ ਰੈਫਰ ਹੋ ਕੇ ਆਇਆ ਸੀ ਅਤੇ ਇਲਾਜ ਦੇ ਸੰਬੰਧ ਆਰਮੀ ਬੇਸ ਦੇ ਵਿੱਚ ਅਸਾਸ ਰਾਈਫਲ ਨਾਲ ਚੱਕਿਆ ਗਿਆ ਸੀ, ਖਤਰਨਾਮ ਗੁਜ਼ਰੇ ਸੀ, ਕਿਤੇ ਕੋਈ ਕੁਤਾਹੀ ਹੈ? ਦੱਸ ਰਿਹਾ, ਪਤਾ ਨਹੀਂ ਹੁਣ ਕਿਹੜੇ ਸਾਡੇ ਕੋਲ ਅਤੇ ਇੰਨੀ ਇੰਟੀਮੇਸ਼ਨ ਸੀ ਵੀ ਇਸ ਮਾਮਲੇ 'ਚ ਇੱਥੇ ਜੇਲ੍ਹ 'ਚ ਬੰਦ ਸੀ ਅਤੇ ਕੈਦੀ ਇੱਥੇ ਦਾਖਲ ਆ। ਕੋਈ ਕਿਤੇ ਨਾ ਕਿਤੇ ਕੁਤਾਹੀ ਲੱਗਦੀ ਕਿ ਕਿਤੇ ਨਾ ਕਿਤੇ ਆਈ ਹੋਵੇ ਇਹਦੇ ਵਿੱਚ? ਆਈ ਹੈ ਤਾਂ ਹੀ ਨੱਠਿਆ ਹੋਊਗਾ, ਤੁਹਾਨੂੰ ਇੱਦਾਂ ਕੁਤਾਹੀ ਤੋਂ ਬਿਨਾਂ ਕਿੱਦਾਂ ਜਾ ਸਕਦਾ। ਠੀਕ ਹੈ।